ਰੂਬਰੂ ਦੇ ਪ੍ਰਯੋਜਕ ਹਨ ਅੰਬਾ ਜਵੈਲਰਸ, ਵਿਸ਼ਵਾਸ 30 ਸਾਲਾਂ ਦਾ। ਅਲਫ ਇਸ ਢੋਲ ਦੀ ਤਾਲ ਉੱਤੇ ਸੁਣ ਧਰਤੀ ਦਾ ਤਿਲ ਤਿਲ ਨੱਚੇ, ਡਗੇ ਤਿੱਲੀ ਦਾ ਜਦੋਂ ਵੀ ਜ਼ੋਰ ਹੁੰਦਾ ਉਦੋਂ ਪੱਬ ਨੱਚੇ ਨਾਲੇ ਦਿਲ ਨੱਚੇ, ਇੱਕ ਹੱਥ ਜੋੜੀ ਦੂਜੇ ਹੱਥ ਚਿਮਟਾ, ਤੀਜਾ ਤੁੰਬੀ ਦੀ ਟੁਣਕਾਰ ਨੱਚੇ ਉਦੋਂ ਰੱਬ ਨੱਚੇ ਨਾਲੇ ਜੱਗ ਨੱਚੇ, ਸਾਈਆਂ ਭੰਗੜੇ 'ਚ ਜਦੋਂ ਸਰਦਾਰ ਨੱਚੇ। ਪ੍ਰੋਗਰਾਮ ਰੂਬਰੂ ਦੇਖ ਰਹੇ ਸਾਰੇ ਹੀ ਦਰਸ਼ਕਾਂ ਨੂੰ ਇੱਕ ਵਾਰੀ ਫਿਰ ਗਿੱਲ ਪ੍ਰਦੀਪ ਦੀ ਪਿਆਰ ਭਰੀ ਸਤਿ ਸ਼੍ਰੀ ਅਕਾਲ। ਅਤੇ ਅੱਜ ਅਸੀਂ ਪਹੁੰਚੇ ਹਾਂ ਜੀ ਪਟਿਆਲੇ ਸ਼ਹਿਰ ਦੇ ਵਿੱਚ, ਜਿੱਥੇ ਕਿ ਕੁੰਡੀ ਮੁੱਛ ਵਾਲਾ ਪੰਜਾਬੀ ਸਰਦਾਰ ਭਰਾ ਸਾਡਾ ਰਹਿੰਦਾ ਹੈ, ਜਿਹਨੇ ਹਮੇਸ਼ਾ ਹੀ ਪੰਜਾਬੀ ਸੱਭਿਆਚਾਰ, ਪੰਜਾਬੀ ਮਾਂ ਬੋਲੀ, ਪੰਜਾਬੀ ਵਿਰਸੇ ਦੇ ਨਾਲ ਸੰਬੰਧਿਤ ਗੀਤ ਗਾਏ ਨੇ ਅਤੇ ਨੱਚ ਨੱਚ ਕੇ ਧਮਾਲਾਂ ਪਵਾ ਦਿੰਦਾ ਹੈ। ਆ ਜਾਓ ਫਿਰ ਮਿਲੀਏ ਬਾਈ ਨੂੰ, ਆ ਜਾਓ ਜੀ ਅਤੇ ਆਓ ਮਿਲਾਉਂਦੇ ਹਾਂ ਤੁਹਾਨੂੰ ਪੰਜਾਬ ਦੇ ਇਸ ਗਾਇਕ ਦੇ ਨਾਲ ਜਿਹਨੇ ਭੰਗੜੇ ਅਤੇ ਗਿੱਧੇ ਨੂੰ ਇੱਕ ਵੱਖਰੇ ਮੁਕਾਮ 'ਤੇ ਪਹੁੰਚਾਇਆ ਹੈ। ਆ ਜਾਓ ਦਰਸ਼ਕੋ, ਅਸੀਂ ਪਹੁੰਚ ਚੁੱਕੇ ਹਾਂ ਸਾਡੇ ਅੱਜ ਦੇ ਮਹਿਮਾਨ ਜਿਹੜੇ ਕਿ ਬਣ ਜਾ ਰਹੇ ਨੇ ਸਾਡੇ ਨਾਲ ਪ੍ਰੋਗਰਾਮ ਰੂਬਰੂ ਦੇ ਵਿੱਚ, ਅਤੇ ਆਓ ਤੁਹਾਡੀ ਮੁਲਾਕਾਤ ਕਰਾਉਣਾ ਹੈ ਪੰਜਾਬ ਦੇ ਮਾਣ ਮੱਤੇ ਗਾਇਕ ਪੰਮੀ ਬਾਈ ਜੀ ਹੋਣਾ ਦੇ ਨਾਲ। ਸਤਿ ਸ਼੍ਰੀ ਅਕਾਲ ਬਾਈ ਜੀ। ਸਤਿ ਸ਼੍ਰੀ ਅਕਾਲ ਜੀ, ਵੈਲਕਮ ਗਿੱਲ ਸਾਹਿਬ, ਵੈਲਕਮ। ਹੋਰ ਕਿੱਦਾਂ ਜੀ ਕੰਮ ਕਰ ਸਾਹਿਬ? ਠੀਕ ਠਾਕ, ਤੁਹਾਡੇ ਲਈ ਰੂਬਰੂ ਪ੍ਰੋਗਰਾਮ ਲਈ ਹਾਜ਼ਰ ਬੈਠੇ ਹਾਂ। ਬਸ ਜੀ, ਪਹਿਲਾਂ ਤਾਂ ਧੰਨਵਾਦ ਕਰਦਾ ਤੁਹਾਡਾ ਵੀ ਟਾਈਮ ਦੇ ਵਿੱਚ ਸਾਡੇ ਲਈ ਤੁਸੀਂ ਟਾਈਮ ਕੱਢਿਆ ਜੀ। ਅਤੇ ਅਸੀਂ ਜਦੋਂ ਵੀ ਪ੍ਰੋਗਰਾਮ ਸ਼ੁਰੂ ਕਰਦੇ ਹਾਂ ਨਾ, ਤਾਂ ਜਿਹੜਾ ਵੀ ਗਾਇਕ ਜਾਂ ਫਨਕਾਰ ਸਾਡੇ ਨਾਲ ਹੁੰਦੇ ਨੇ, ਤਾਂ ਸਾਡੇ ਦਰਸ਼ਕ ਵੀ ਚਾਹੁੰਦੇ ਨੇ ਵੀ ਕੋਈ ਅਜਿਹਾ ਗੀਤ ਜਿਹਦੇ ਨਾਲ ਪੰਮੀ ਬਾਈ ਇੱਕ ਆਮ ਇਨਸਾਨ ਤੋਂ ਗਾਇਕ ਪੰਮੀ ਬਾਈ ਬਣਿਆ, ਉਹ ਗੀਤ ਦੇ ਦੋ ਬੋਲ ਸਾਡੇ ਨਾਲ ਸਾਂਝੇ ਕਰੋ। ਮੈਂ ਆਪਣੀ ਲੋਕ ਵਿਰਾਸਤ ਨਾਲ ਜੁੜਿਆ ਹੋਇਆ ਜੀ, ਅਤੇ ਪ੍ਰੋਫੈਸ਼ਨ ਤੌਰ ਦੇ ਉੱਤੇ ਮੈਂ ਸਭ ਤੋਂ ਪਹਿਲਾਂ ਪੰਜਾਬ ਦੀਆਂ ਲੋਕ ਬੋਲੀਆਂ, ਮਾਝੇ ਮਾਲਵੇ ਦੁਆਬੇ ਦੀਆਂ ਬੋਲੀਆਂ ਕੀ ਬਾਤ ਹੈ, ਰਿਕਾਰਡ ਕੀਤੀਆਂ ਜਨਾਬ ਚਰਨਜੀਤ ਹੂਜਾ ਸਾਹਿਬ ਦੇ ਸੰਗੀਤ ਦੇ ਵਿੱਚ ਜੀ। ਉਹਨਾਂ ਬੋਲੀਆਂ ਨੇ ਹੀ ਮੈਨੂੰ ਜੀ ਲੋਕ ਗਾਇਕ ਬਣਾਇਆ ਜੀ, ਅਤੇ ਉਸ ਬੋਲੀਆਂ ਤੋਂ ਬਾਅਦ ਫਿਰ ਮੈਂ ਵੀ ਪਿੱਛੇ ਮੁੜ ਕੇ ਨਹੀਂ ਵੇਖਿਆ ਜੀ ਜੀ। ਅਤੇ ਹੁਣ ਤੱਕ ਜਿੰਨੇ ਗੀਤ ਵੀ ਆਏ ਅਤੇ ਪੰਜਾਬੀਆਂ ਨੇ ਇੰਨਾ ਮਾਣ, ਇੰਨਾ ਪਿਆਰ, ਇੰਨਾ ਖਲੂਸ ਦਿੱਤਾ ਜੀ ਜੀ, ਮੇਰੇ ਕੋਲ ਸ਼ਬਦ ਨਹੀਂ ਕਿ ਕਿੰਨਾ ਸ਼ਬਦਾਂ ਦੇ ਨਾਲ ਮੈਂ ਉਹਨਾਂ ਦਾ ਧੰਨਵਾਦ ਕਰਾਂ ਜੀ। ਦੋ ਬੋਲ ਉਹਨਾਂ ਬੋਲੀਆਂ ਦੇ ਜੇ ਹੋ ਜਾਣ ਤਾਂ। ਸੋ ਉਸ ਬੋਲੀ ਦਾ ਮੈਂ ਤੁਹਾਡੇ ਨਾਲ ਸਾਰੇ ਮੇਰੇ ਅੱਜ ਦੇ ਇਸ ਪ੍ਰੋਗਰਾਮ ਨੂੰ ਦੇਖਣ ਵਾਲੇ ਮੇਰੇ ਪਿਆਰ ਭਰੇ ਪੰਜਾਬੀਆਂ ਲਈ ਮੈਂ ਕਹਿਣਾ ਚਾਹੁੰਦਾ, ਹੋ ਗੱਲਾਂ ਹੁਣ ਬਿਹਤਰੀ ਜਿਹਣਾ ਚ ਤੇਰੀਆਂ, ਰਾਂਝੇ ਤੇਰੀ ਵੰਜਲੀ ਦੀਆਂ, ਮੈਂ ਕਿਹਾ ਅਸ਼ਕੇ ਹੋ ਮਿਰਜਾ ਲੈ ਗਿਆ ਸਹਿਬਾਨੋ ਲੋਕੋ ਕੱਢ ਕੇ,
ਜੰਡ ਹੇਠਾਂ ਪੱਟੇ ਆ ਗਿਆ ਹੋ ਮੈਂ ਕਿਹਾ ਅਸ਼ਕੇ। ਕਿਆ ਬਾਤ ਹੈ ਜੀ, ਇਹ ਜਿਹੜੀ ਇਹ ਤੁਹਾਡੇ ਨਾਲ ਜੜ ਚੁੱਕੀ ਆ ਵੀ ਹੁਣ ਜਦੋਂ ਪੰਮੀ ਬਾਈ ਦਾ ਨਾਂ ਆਉਂਦਾ ਉਦੋਂ ਹੀ ਸ਼ਿਸ਼ਕਰ ਦੀ ਗੱਲ ਜਿਹੜੀ ਉਹ ਹੁੰਦੀ ਹੈ, ਕੁਦਰਤੀ ਹੈ। ਅਤੇ ਬਾਈ ਜੀ ਸਾਨੂੰ ਥੋੜ੍ਹਾ ਜਿਹਾ ਆਪਣੇ ਪਿੰਡ ਬਾਰੇ, ਆਪਣੇ ਜਿੱਥੋਂ ਤੁਸੀਂ ਪੜ੍ਹਾਈ ਕੀਤੀ ਸਕੂਲ ਬਾਰੇ, ਅਤੇ ਗਾਇਕੀ 'ਤੇ ਆਉਣ ਤੋਂ ਪਹਿਲਾਂ ਜਿਹੜੀ ਤੁਹਾਡੀ ਲਾਈਫ ਸੀਗੀ ਉਹਦੇ ਬਾਰੇ ਥੋੜ੍ਹਾ ਜਿਹਾ ਦੱਸੋ। ਹਾਂਜੀ, ਮੈਂ ਡੈਫੀਨੇਟਲੀ ਆਪਣੇ ਸਾਰੇ ਸਰੋਤਿਆਂ ਨੂੰ ਇਹ ਗੱਲ ਦੱਸਣੀ ਚਾਹੁੰਦਾ ਕਿ ਮੇਰਾ ਪਿੰਡ 'ਚ ਖੇਪੜ ਹੈ ਜੀ, ਤਹਿਸੀਲ ਸੁਨਾਮ ਹੈ, ਜ਼ਿਲ੍ਹਾ ਸੰਗਰੂਰ ਹੈ ਜੀ ਜੀ, ਪਰ ਅੱਜ ਕੱਲ੍ਹ ਆਬਾਦੇ ਖਾਸ ਜੀ ਜੀ ਰਹਿ ਮੈਂ ਪਟਿਆਲੇ 'ਚ ਰਿਹਾ ਜੀ ਜੀ। ਅਤੇ ਮੇਰੇ ਸਵਰਗੀ ਪਿਤਾ ਜੀ ਸਰਦਾਰ ਪ੍ਰਤਾਪ ਸਿੰਘ ਬਾਗੀ ਜੀ, ਦੇਸ਼ ਦੇ ਸੁਤੰਤਰਤਾ ਸੰਗਰਾਮੀ, ਫਰੀਡਮ ਫਾਈਟਰ, ਜਿਹਨਾਂ ਨੇ ਆਜ਼ਾਦੀ ਲਈ ਲੜਾਈ ਲੜੀ ਜੀ। ਅਤੇ 1942 ਤੋਂ 1947 ਤੱਕ ਮੇਰੇ ਫਾਦਰ 'ਤੇ 5000 ਦਾ ਜਿੰਦਾ ਜਾਂ ਮੁਰਦਾ ਦਾ ਨਾਮ ਸੀ ਉਹਨਾਂ ਜ਼ਮਾਨਿਆਂ 'ਚ। ਅਤੇ ਮੇਰੇ ਮਾਤਾ ਜੀ ਸਰਦਾਰਨੀ ਸਤਵੰਤ ਕੌਰ, ਜਿਹਨਾਂ ਦੀ ਕੁੱਖੋਂ ਮੈਂ ਜਨਮ ਲਿੱਤਾ, ਅਤੇ ਮੇਰੀਆਂ ਦੋ ਭੈਣਾਂ ਜਿਹੜੀਆਂ ਆਪਣੇ ਆਪਣੇ ਘਰਾਂ ਦੇ ਵਿੱਚ ਸੈਟਲਡ ਨੇ ਜੀ। ਅਤੇ ਉਸ ਫੈਮਿਲੀ ਨੇ, ਕਿਉਂਕਿ ਮੇਰੇ ਪਿਤਾ ਜੀ ਸਵਰਗੀ ਸਰਦਾਰ ਬਹਾਦਰ ਸੂਬੇਦਾਰ ਮੇਜਰ ਸਰਦਾਰ ਕਿਸ਼ਨ ਸਿੰਘ ਦੇ ਬੇਟੇ ਸਨ, ਅਤੇ ਮੇਰੇ ਬਾਬਾ ਜੀ ਅਤੇ ਸਾਰੀ ਫੈਮਿਲੀ ਫੌਜ ਦੇ ਵਿੱਚ ਸੀ, ਬਰਮਾ ਦੇ ਵਿੱਚ ਜੀ ਜੀ। ਅਤੇ ਉਹ ਇਕੱਲੇ ਹੀ ਇਸ ਪਾਸੇ ਨੂੰ ਤੁਰੇ ਪੜ੍ਹ ਕੇ ਜੀ, ਐਜੂਕੇਸ਼ਨ ਉਹਨਾਂ ਕੋਲ ਉਸ ਟਾਈਮ ਦੇ ਗ੍ਰੈਜੂਏਟ ਸੀ ਜੀ, ਅਤੇ ਮੈਨੂੰ ਵੀ ਰੱਜ ਕੇ ਪੜ੍ਹਾਇਆ ਜੀ ਜੀ। ਆਈਮਸ ਡਬਲ MA LLB ਡਿਪਲੋਮਾ ਇਨ ਪਬਲਿਕ ਰਿਲੇਸ਼ਨਸ, ਆਈ ਵਾਜ਼ ਵਰਕਿੰਗ ਐਜ਼ ਏ ਕਲਾਸ 1 ਆਫਿਸਰ ਇਨ ਗਵਰਨਮੈਂਟ ਆਫ ਇੰਡੀਆ। ਮੈਂ ਭਾਰਤ ਸਰਕਾਰ ਦੇ ਉੱਤਰ ਖੇਤਰੀ ਸੱਭਿਆਚਾਰ ਕੇਂਦਰ ਵਿੱਚ ਪ੍ਰੋਗਰਾਮ ਡਾਇਰੈਕਟਰ ਰਿਹਾ, ਆਈ ਸਪੈਂਟ 7 ਈਅਰਸ ਦੇਅਰ, ਅਤੇ ਬੜਾ ਆਪਣੀ ਜ਼ਿੰਦਗੀ 'ਚ ਬਹੁਤ ਕੁਝ ਸਿੱਖਿਆ। ਅਤੇ ਕਲਾ ਜਨਮ ਤੋਂ ਨਾਲ ਚੱਲੀ, ਪਹਿਲੀ ਸਟੇਜ 'ਤੇ ਮੈਨੂੰ ਉਹ ਦਿਨ ਵੀ ਯਾਦ ਨੇ ਜਦੋਂ ਮੈਂ 4th ਕਲਾਸ ਦਾ ਵਿਦਿਆਰਥੀ ਸੀ ਆਪਣੇ ਪਿੰਡ ਦੇ ਸਕੂਲ 'ਚ ਖੇਪੜ ਵਿੱਚ ਜੀ ਜੀ। ਅਤੇ ਉੱਥੇ ਮਤਲਬ ਕਿ ਹਰ ਸੈਚਰਡੇ ਪੂਰਾ ਸਕੂਲ ਜੁੜਦਾ, ਸਾਰੇ ਸਕੂਲ ਇਕੱਠਾ ਬਹਿੰਦਾ, ਅਤੇ ਉੱਥੇ ਮਾਸਟਰ ਅੜ ਅੜ ਮੁੰਡਿਆਂ ਨੂੰ ਮੌਕਾ ਦਿੰਦੇ ਆਪਣੀ ਪ੍ਰਤਿਭਾ ਦਾ ਮੁਜ਼ਾਹਰਾ ਕਰਨ ਦੇ ਲਈ। ਅਤੇ ਉਸ ਸਮੇਂ ਮੈਨੂੰ ਵੀ ਗਾਉਣ ਦਾ ਮੌਕਾ ਮਿਲਿਆ ਜੀ, ਅਤੇ ਮੇਰੇ 'ਚ ਕੌਨਫੀਡੈਂਸ ਜੀਨਸ ਮੇਰੇ ਫਾਦਰ ਵੱਲੋਂ ਆਏ ਸੀ ਜੀ ਜੀ। ਅਤੇ ਪਰ ਉਦੋਂ ਕਦੇ ਮੈਨੂੰ ਇਸ ਗੱਲ ਦਾ ਇਲਮ ਨਹੀਂ ਸੀ, ਨਾ ਮੈਨੂੰ ਕੋਈ ਸੁਰ ਦਾ ਨਾ ਕੋਈ ਤਾਲ ਦਾ ਕੁਛ ਨਹੀਂ ਸੀ ਪਤਾ, ਪਰ ਅੰਦਰ ਹੈ ਸੀ ਕੁਛ, ਕੁਛ ਮੈਨੂੰ ਸੀ ਅੰਦਰ, ਮੇਰੇ ਅੰਦਰ ਚਿੰਗ ਸੀ। ਅਤੇ ਫਿਰ ਮੇਰੇ ਫਾਦਰ ਆਨਰੇਰੀ ਸਬ ਰਜਿਸਟਰਾਰ ਬਣੇ, ਅਤੇ ਅਸੀਂ ਮੈਗਰੇਟ ਹੋ ਕੇ ਪਿੰਡ ਤੋਂ ਸੁਨਾਮ ਆ ਗਏ, ਉੱਥੇ ਪੜ੍ਹਾਈ ਕੀਤੀ। ਅਤੇ ਉੱਥੇ ਮੈਂ ਭਾਅ ਜੀ ਮਨੋਹਰ ਦੀਪ ਹੋਣਾ ਨੂੰ, ਉਸਤਾਦ ਭਾਨਾ ਰਾਮ ਹੋਣਾ ਨੂੰ ਢੋਲ ਵਜਾਉਂਦਿਆਂ, ਅਤੇ ਭਾਅ ਜੀ ਮਨੋਹਰ ਦੀਪਕ ਨੂੰ ਨੱਚਦਿਆਂ, ਉਹਨਾਂ ਦੀ ਪੂਰੀ ਟੀਮ ਨੂੰ ਜਿਹਨਾਂ 'ਚ ਉਸਤਾਦ ਮੰਗਲ ਸੁਨਾਮੀ ਹੋਣੀ ਸਾਰੇ ਸੀ। ਅਤੇ ਉਹ ਜਦੋਂ ਛੋਟੇ ਹੁੰਦਿਆਂ ਵੇਖਿਆ ਤਾਂ ਮੈਨੂੰ ਨਹੀਂ ਪਤਾ ਸੀ ਕੀ ਕਰਦੇ ਨੇ, ਅਤੇ ਮੈਂ ਨਾਲ ਦਿਨ ਪੁੱਛਿਆ ਕੀ ਹੈ, ਕਹਿੰਦੇ ਭੰਗੜਾ ਹੈ। ਅਤੇ ਮਨ 'ਚ ਖੁਆਇਸ਼ ਪੈਦਾ ਵੀ ਇਹ ਜ਼ਰੂਰ ਸਿੱਖਣਾ, ਇਹ ਜ਼ਰੂਰ ਭੰਗੜੇ ਨੂੰ ਪੰਮੀ ਬਾਈ ਸਮਰਪਿਤ ਹੋ ਗਿਆ। ਅਤੇ ਬਸ ਉਸ ਨੂੰ ਸਿੱਖਦਿਆਂ ਸਿੱਖਦਿਆਂ ਗਾਉਣਾ ਥੋੜ੍ਹਾ ਜਿਹਾ ਪਿੱਛੇ ਰਹਿ ਗਿਆ, ਡਾਂਸ ਅੱਗੇ ਨਿਕਲ ਗਿਆ। ਅਤੇ ਡਾਂਸ ਦੇ ਵਿੱਚ ਮੈਂ ਆਪਣੇ ਸਕੂਲ ਨੂੰ, ਫਿਰ ਕਾਲਜ ਨੂੰ, ਫਿਰ ਯੂਨੀਵਰਸਿਟੀ ਨੂੰ, ਫਿਰ ਇੰਟਰ ਯੂਨੀਵਰਸਿਟੀ ਨੂੰ, ਫਿਰ ਨੈਸ਼ਨਲ ਲੈਵਲ, ਫਿਰ ਇੰਟਰਨੈਸ਼ਨਲ ਲੈਵਲ, ਇਹ ਸਾਰਾ ਕੁਛ ਸ਼ੌਂਕ 'ਚ ਹੀ ਲੈਂਦਾ ਗਿਆ। ਅਤੇ ਸ਼ੌਂਕ ਸ਼ੌਂਕ 'ਚ ਹੀ ਇੱਥੇ ਤੱਕ ਦੂਸਰੇ ਲੋਕ ਨਾਚਾਂ ਬਾਰੇ ਮਹਾਰਤ ਹਾਸਲ ਕਰਨੀ ਸ਼ੁਰੂ ਕਰ ਦਿੱਤੀ। ਝੂਮਰ ਸਿੱਖਿਆ, ਮਲਵਈ ਗਿੱਧਾ ਸਿੱਖਿਆ, ਵੱਖ ਵੱਖ ਵਰਗੀਆਂ ਬਾਰੇ ਗਿਆਨ ਹਾਸਲ ਕੀਤਾ, ਉਸਤਾਦ ਲੋਕਾਂ ਦੇ ਲਈ ਬੈਠਿਆ, ਉੱਠਿਆ, ਉਹਨਾਂ ਤੋਂ ਪੁੱਛਿਆ, ਅਤੇ ਬਸ ਉਹ ਸਿਲਸਿਲਾ ਚੱਲਦਾ ਰਿਹਾ। ਅਤੇ ਉਸ ਸਿਲਸਿਲੇ ਦੇ ਵਿੱਚ ਹੀ ਜਦੋਂ ਮੈਂ ਉੱਤਰ ਖੇਤਰੀ ਸੱਭਿਆਚਾਰ ਕੇਂਦਰ ਦੇ ਵਿੱਚ ਬਤੌਰ ਡਾਇਰੈਕਟਰ ਕੰਮ ਕਰਨਾ ਸ਼ੁਰੂ ਕੀਤਾ ਜੀ, ਤਾਂ ਬੜੇ ਬੜੇ ਕਲਾਕਾਰਾਂ ਨਾਲ ਇੰਟਰੈਕਸ਼ਨ ਹੋ ਗਈ, ਅਤੇ ਜਿਨ੍ਹਾਂ ਨੂੰ ਮੈਂ ਮੂਹਰੇ ਬਹਿ ਕੇ ਸੁਣਦਾ ਹੁੰਦਾ ਸੀ।
ਉਹੀ ਜਿਹੇ ਕਲਾਕਾਰਾਂ ਨੂੰ ਮੇਰੇ ਐਨ ਰੂਬਰੂ ਜਿਵੇਂ ਆਪਾਂ ਦੋਨੇ ਬੈਠੇ ਹਾਂ ਇਸ ਤਰ੍ਹਾਂ ਮਿਲਣ ਦਾ ਉਹਨਾਂ ਨਾਲ ਗੱਲਬਾਤ ਕਰਨ ਦਾ ਮਾਣ ਪ੍ਰਾਪਤ ਹੋਇਆ ਜੀ। ਤੇ ਉਸੇ ਚੀਜ਼ ਨੇ ਹੀ ਫਿਰ ਮੇਰੇ ਅੰਦਰ ਉਹ ਮੇਰਾ ਛੁਪਿਆ ਹੋਇਆ ਕਲਾਕਾਰ ਤਿਆਰ ਕਰਨ। ਸੋ ਬਾਈ ਜੀ, ਜਦੋਂ ਤੁਸੀਂ ਭੰਗੜੇ ਦਾ ਦੌਰ ਪੰਜਾਬ ਦੇ ਵਿੱਚ ਸ਼ੁਰੂ ਕੀਤਾ ਸੀ, ਖਾਸ ਤੌਰ 'ਤੇ ਵਿਆਹਾਂ ਦੇ ਉੱਤੇ ਜਦੋਂ ਤੁਸੀਂ ਪ੍ਰੋਗਰਾਮ ਸ਼ੁਰੂ ਕੀਤੇ ਸੀ, ਹੈ ਨਾ, ਅਤੇ ਉਸ ਟਾਈਮ ਪੰਜਾਬ ਦੇ ਵਿੱਚ ਇੱਕ ਔਰਕੈਸਟਰਾ ਦਾ ਜ਼ਮਾਨਾ ਚੱਲਦਾ ਸੀ ਵੀ ਡਾਂਸਰਾਂ ਨੂੰ ਪ੍ਰੋਗਰਾਮ ਲਿਆਉਂਦੇ ਹੁੰਦੇ ਸੀ, ਅਤੇ ਤੁਸੀਂ ਜਿਹੜੇ ਮੁੰਡੇ ਕੁੜੀਆਂ ਉਹਨਾਂ ਨੂੰ ਇੱਕ ਆਪਾਂ ਕਹਿ ਦਈਏ ਵੀ ਕਮਰਸ਼ੀਅਲ ਪੱਖ ਤੋਂ ਵੀ ਦੇਖਿਆ ਜਾਵੇ ਤਾਂ ਉਹਨਾਂ ਨੂੰ ਕਮਾਈ ਦਾ ਸਾਧਨ ਵੀ ਪ੍ਰੋਵਾਈਡ ਕੀਤਾ, ਪਰ ਉਸ ਤੋਂ ਬਾਅਦ ਕੀ ਦੌਰ ਆਇਆ ਪੰਜਾਬ ਦੇ ਵਿੱਚ ਕਿ ਗਰੁੱਪ ਬਣ ਗਏ ਭੰਗੜੇ ਦੇ, ਹੈ ਨਾ, ਡੀ ਜੇ ਅਤੇ ਸੱਭਿਆਚਾਰਕ ਗਰੁੱਪ ਬਣ ਗਏ, ਹੈ ਨਾ, ਅਤੇ ਕਿਤੇ ਨਾ ਕਿਤੇ ਐਂ ਨਹੀਂ ਫੀਲ ਹੁੰਦਾ ਵੀ ਮੈਂ ਇਹ ਜਿਹੜੀ ਚੀਜ਼ ਸ਼ੁਰੂ ਕੀਤੀ ਸੀ ਜਿਸ ਸੋਚ ਦੇ ਨਾਲ ਸ਼ੁਰੂ ਕੀਤੀ ਸੀ ਅਤੇ ਉਹ ਸੋਚ ਆ ਜਿਹੜੀ ਉਹ ਡੀ ਜੇ ਤੱਕ ਹੀ ਸੀਮਿਤ ਹੋ ਕੇ ਰਹੇ? ਦੇਖੋ, ਮੈਨੂੰ ਇਸ ਗੱਲ ਦੇ ਉੱਤੇ ਕਾਫੀ ਮੇਰੇ ਕਲਾਕਾਰ ਦੋਸਤ ਜਿਹੜੇ ਸਿੰਗਰ ਨੇ ਉਹਨਾਂ ਨੇ ਕਈ ਵਾਰ ਮੈਨੂੰ ਕਿਹਾ ਵੀ ਤੂੰ ਸਾਡੇ ਲਈ ਕੰਡੇ ਬੀਜਦੇ, ਅੱਜ ਕੱਲ੍ਹ ਲੋਕ ਉਹਨਾਂ ਨੂੰ ਜ਼ਿਆਦਾ ਸੱਦਦੇ ਨੇ, ਅਤੇ ਮੈਂ ਉਹਨਾਂ ਨੂੰ ਇੱਕ ਗੱਲ ਦੱਸੀ ਵੀ ਇੱਕ 5-star ਹੋਟਲ ਜਿਸ ਦੇ ਵਿੱਚ ਇੱਕ ਕੌਫੀ ਜਾਂ ਚਾਹ ਦਾ ਕੱਪ 250-300 ਰੁਪਈਏ ਦਾ ਮਿਲਦਾ ਹੈ ਜੀ, ਅਤੇ 5-star ਹੋਟਲ ਦੇ ਸਾਹਮਣੇ ਇੱਕ ਖੋਖਾ ਖੋਲ੍ਹ ਲਏ ਕੋਈ ਬੰਦਾ ਵੀ ਜੀ ਮੈਂ 5 ਰੁਪਈਏ ਚਾਹ ਦਾ ਕੱਪ ਦਿੰਦਾ ਅਤੇ 5-star ਵਾਲੇ ਉਹਨੂੰ ਲੜੀ ਜਾਣ ਵੀ ਤੂੰ ਕਿਉਂ ਖੋਲ੍ਹਿਆ ਹੈ, ਵੀ ਤੁਹਾਡਾ ਕੰਮ ਇਹ ਹੈਗਾ ਕਿ ਤੂੰ, ਉਹ ਵਿਚਾਰੇ ਗਰੀਬ ਨੇ, ਉਹ 10,000-ਚ 15,000 20,000 25,000 'ਚ ਉਹ ਪ੍ਰੋਗਰਾਮ ਕਰੇ ਆਉਂਦੇ ਨੇ। ਹਰ ਬੰਦਾ ਚਾਹੁੰਦਾ ਮੇਰੇ ਪ੍ਰੋਗਰਾਮ ਹੋਵੇ ਵਿਆਹ 'ਤੇ, ਹਰ ਬੰਦਾ ਪੰਮੀ ਬਾਈ ਨੂੰ, ਗੁਰਦਾਸ ਮਾਨ ਨੂੰ ਜਾਂ ਕਹਿੰਦੇ ਨੇ ਹੋਰ ਵੱਡਿਆਂ ਸਿੰਗਰਾਂ ਨੂੰ ਕਿਸੇ ਨੂੰ ਵੀ ਫੋਰਡ ਨਹੀਂ ਕਰਦਾ, ਨਹੀਂ ਫੋਰਡ ਕਰਦਾ। ਹਾਂਜੀ, ਸੋ ਬਾਈ ਜੀ, ਬਹੁਤ ਵਧੀਆ ਗੱਲਾਂ ਬਾਤਾਂ ਆਪਣੀਆਂ ਹੋ ਰਹੀਆਂ ਨਾ, ਅਤੇ ਜੀ ਨਹੀਂ ਕਰਦਾ ਵੀ ਬ੍ਰੇਕ ਲੈਣ ਨੂੰ, ਅਤੇ ਇਸੇ ਤਰ੍ਹਾਂ ਸੱਭਿਆਚਾਰ ਦੇ ਰੰਗ ਵਿੱਚ ਰੰਗਿਆ ਹੋਇਆ ਸਾਡਾ ਅੱਜ ਪ੍ਰੋਗਰਾਮ ਭੰਗੜੇ ਗਿੱਧੇ ਦੀ ਗੱਲਾਂ ਬਾਤਾਂ ਇਸੇ ਤਰ੍ਹਾਂ ਤੁਹਾਡੇ ਨਾਲ ਜਾਰੀ ਰੱਖਾਂਗੇ, ਅਤੇ ਸਮਾਂ ਹੋ ਗਿਆ ਬ੍ਰੇਕ ਦਾ ਬਾਈ ਜੀ। ਤੋ ਦਰਸ਼ਕੋ, ਤੁਸੀਂ ਕਿਤੇ ਨਹੀਂ ਜਾਣਾ, ਪ੍ਰੋਗਰਾਮ ਰੂਬਰੂ ਦੇ ਵਿੱਚ ਮਿਲਦੇ ਹਾਂ ਬ੍ਰੇਕ ਤੋਂ ਬਾਅਦ। ਰੂਬਰੂ ਦੇ ਪ੍ਰਯੋਜਕ ਹਨ ਅੰਬਾ ਜਵੈਲਰਸ, ਵਿਸ਼ਵਾਸ 30 ਸਾਲਾਂ ਦਾ। ਰੂਬਰੂ ਦੇ ਪ੍ਰਯੋਜਕ ਹਨ ਅੰਬਾ ਜਵੈਲਰਸ, ਵਿਸ਼ਵਾਸ 30 ਸਾਲਾਂ ਦਾ। ਬ੍ਰੇਕ ਤੋਂ ਬਾਅਦ ਸਾਰੇ ਹੀ ਦਰਸ਼ਕਾਂ ਦਾ ਇੱਕ ਵਾਰੀ ਫਿਰ ਸਵਾਗਤ ਹੈ ਜੀ ਤੁਹਾਡੇ ਆਪਣੇ ਪ੍ਰੋਗਰਾਮ ਰੂਬਰੂ ਦੇ ਵਿੱਚ, ਅਤੇ ਸਾਡੇ ਨਾਲ ਅੱਜ ਜੁੜੇ ਹੋਏ ਨੇ ਪੰਮੀ ਬਾਈ ਜੀ। ਸੋ ਬਾਈ ਜੀ, ਬ੍ਰੇਕ ਤੋਂ ਜਾਣ ਤੋਂ ਪਹਿਲਾਂ ਆਪਾਂ ਤੁਹਾਡੇ ਗਾਇਕੀ ਕੈਰੀਅਰ ਬਾਰੇ ਗੱਲਾਂ ਕੀਤੀਆਂ, ਤੁਹਾਡੇ ਪਿੰਡ ਬਾਰੇ ਗੱਲਾਂ ਕੀਤੀਆਂ, ਅਤੇ ਹੁਣ ਮੈਂ ਪੁੱਛਣਾ ਚਾਹੁੰਦਾ ਹਾਂ ਫਿਲਮਾਂ ਬਾਰੇ, ਕਿਉਂਕਿ ਸਾਰੇ ਜਿਹੜੇ ਤੁਹਾਡੇ ਗਾਇਕੀ ਭਾਈਚਾਰੇ ਦੇ, ਹੈ ਨਾ, ਨਾਲ ਦੇ ਤੁਹਾਡੇ ਮਿੱਤਰ ਨੇ, ਸਾਰਿਆਂ ਨੇ ਇੱਕ ਦੋ ਦੋ ਫਿਲਮਾਂ ਕਰਕੇ ਆਪਦਾ ਜਿਹੜਾ ਕੀੜਾ ਕੱਢ ਲਿਆ, ਅਤੇ ਪੰਮੀ ਬਾਈ ਦਾ ਜਿਹੜਾ ਐਕਟਿੰਗ ਵਾਲਾ ਕੀੜਾ ਉਹ ਕਿੱਥੇ ਲੁਕਿਆ ਬੈਠਾ? ਦੇਖ ਲਓ, ਮੈਂ ਇੱਕ ਗੱਲ ਤਾਂ ਦੱਸਣਾ ਚਾਹੁੰਦਾ ਕਿ ਮੈਂ ਉਹ ਬੰਦਾ ਜਿਹਨੇ ਕਾਲਜ ਦੇ ਵਿੱਚ ਬੇਸ਼ੁਮਾਰ ਐਕਟਿੰਗ ਕੀਤੀ ਹੈ ਜੀ, ਮੈਂ ਥੀਏਟਰ ਕੀਤਾ ਆਪਦੇ ਕਾਲਜ ਲਾਈਫ ਦੇ ਵਿੱਚ ਜੀ, ਭੰਗੜਾ ਤਾਂ ਪਾ ਹੀ ਪਾਇਆ ਜੀ, ਅਤੇ ਪਰ ਥੀਏਟਰ ਦੀ ਮਹਾਰਤ ਜਿਹੜੀ ਹੈਗੀ ਹੈ ਉਹ ਬੜੇ ਅੱਛੇ ਅੱਛੇ ਲੋਕਾਂ ਤੋਂ ਹਾਸਲ ਕੀਤੀ ਜੀ ਜੀ, ਅਤੇ ਪਰ ਮੇਰੇ ਜ਼ਿਹਨ ਦੇ ਵਿੱਚ ਇਹ ਹੈ ਕਿ ਮੈਂ ਜਿਸ ਦਿਨ ਪੰਜਾਬੀ ਫਿਲਮ 'ਚ ਆਉਣਾ ਹੈ ਜੀ, ਪਹਿਲੀ ਵੱਡੀ ਗੱਲ ਤਾਂ ਹੈ ਕਿ ਉਹ ਫਿਲਮ ਪੰਜਾਬ ਨਾਲ ਸੰਬੰਧਿਤ ਹੋਵੇ, ਪੰਜਾਬ ਦੀ ਕੋਈ ਗੱਲ ਹੋਵੇ, ਭੰਗੜੇ ਬਾਰੇ ਗੱਲ ਹੋਵੇ, ਚਾਹੇ ਭੰਗੜੇ ਦੀ ਹੋਵੇ ਚਾਹੇ ਨੌਨ ਭੰਗੜੇ ਦੀ ਹੋਵੇ ਜੀ, ਮਤਲਬ ਕਿ ਜ਼ਿਆਦਾ ਤਾਂ ਮੇਰੀ ਕੋਸ਼ਿਸ਼ ਇਹੀ ਹੈ ਕਿ ਮੈਂ ਕੋਈ ਕਲਚਰਲੀ ਫਿਲਮ ਜਿਹੜੀ ਹੈਗੀ ਆ ਉਹ ਜਿਹੀ ਫਿਲਮ ਦੇ ਵਿੱਚ ਆਵਾਂ ਤਾਂ ਕਿ ਮੈਂ ਜਸਟੀਫਾਈ ਕਰ ਸਕਾਂ
ਬੜੇ ਮੇਰੇ ਕੋਲ ਰੋਲਸ ਆਉਂਦੇ ਨੇ ਲੋਕਾਂ ਦੇ, ਜੀ ਆਹ ਕਰ ਦਿਓ ਜੀ ਆਹ ਕਰ ਦਿਓ, ਪਰ ਮੈਂ ਇਗਨੋਰ ਕਰ ਦਿੰਦਾ ਵੀ ਨਹੀਂ ਮੈਂ ਕਰਨਾ ਨਹੀਂ ਹੈਗਾ ਜੀ ਜੀ, ਅਤੇ ਮੈਂ ਉਸ ਦਿਨ ਕਰੂੰਗਾ ਜਿੱਦਣ ਮੈਨੂੰ ਇਹ ਮਹਿਸੂਸ ਹੋਊਗਾ ਕਿ ਹਾਂ ਯਾਰ ਇਹ ਰੋਲ ਮੇਰੇ ਲਈ ਉਹ ਲਿਖਿਆ ਸੀ ਜੀ ਜੀ, ਅਤੇ ਰੋਲ ਮੈਂ ਜੇ ਨਾ ਕਰਦਾ ਤਾਂ ਮੈਂ ਇਹਦੇ ਨਾਲ ਜਸਟੀਫਿਕੇਸ਼ਨ ਨਹੀਂ ਸੀ ਕਰ ਸਕਣੀ ਜੀ ਜੀ, ਸੋ ਇਸ ਕਰਕੇ ਮੈਂ ਇੰਤਜ਼ਾਰ 'ਚ ਹਾਂ, ਅਤੇ ਫਿਰ ਮੇਰੀ ਧਾਰਨਾ ਵੀ ਹੈਗੀ ਵੀ ਸਹਿਜ ਪੱਕੇ ਸੋ ਮਿੱਠਾ ਹੋਏ ਤੇ ਸੱਚੇ ਪਾਤਸ਼ਾਹ ਨੇ ਜਦੋਂ ਹੁਕਮ ਕਰਤਾ ਵੀ ਕਰਨੀਆਂ ਨੇ ਫਿਲਮਾਂ 'ਚ ਹੀ ਆਉਣਾ ਹੈਗਾ ਤੇ ਆ ਜਾਂਗੇ, ਕੋਈ ਮੈਨੂੰ ਕੋਈ ਕਾਹਲੀ ਨਹੀਂ, ਮੈਨੂੰ ਕੋਈ ਭਰਮ ਨਹੀਂ ਹੀਰੋ ਬਣਨ ਵਾਲਾ ਭਰਮ ਨਹੀਂ, ਮੈਂ ਆਪਦੇ ਉਹੋ ਜਿਹੇ ਰੋਲ ਕਰਨਾ ਚਾਹੁੰਦਾ ਜਿਹੜੇ ਰੋਲਾਂ 'ਚ ਮੈਂ ਫਿੱਟ ਹੋਵਾਂ। ਸੋ ਅੱਜ ਦੀਆਂ ਫਿਲਮਾਂ 'ਚ ਬੜੀਆਂ ਬੜੀਆਂ ਮੌਲਸ ਦੇ ਵਿੱਚ ਪਿਕਚਰਾਂ ਸ਼ੂਟ ਕੀਤੀਆਂ ਜਾ ਰਹੀਆਂ ਨੇ, ਕੋਈ ਪੰਜਾਬ ਦੀ ਲੋਕੇਸ਼ਨ ਨਹੀਂ ਹੈਗੀ, ਕੋਈ ਪੰਜਾਬ ਨਾਲ ਸੰਬੰਧਿਤ ਮਸਲਾ ਨਹੀਂ ਹੈਗਾ, ਹੈ ਸੋ ਘਰੇ ਬੈਠ ਕੇ ਸਟੋਰੀਆਂ ਲਿਖੀਆਂ ਜਾ ਰਹੀਆਂ ਨੇ ਜਿਹਦੇ 'ਚ ਕਮੇਡੀ ਦਾ ਤੜਕਾ ਲਾਇਆ ਜਾ ਰਿਹਾ, ਉਹ ਇੰਨੀਆਂ ਕਮੇਡੀ ਫਿਲਮਾਂ ਬਣਾ ਦਿੱਤੀਆਂ ਕਿ ਲੋਕ ਅੱਕ ਗਏ, ਅਖੀਰ ਲੋਕਾਂ ਨੇ ਨਿਗਲੈਕਟ ਕਰਤਾ ਕੰਮ। ਚਲੋ ਇੱਕ ਗੱਲ ਤਾਂ ਹੈਗੀ, ਸਾਡੇ ਕੁਛ ਭਾਈ ਦੋਸਤ ਭਰਾ ਜਿਹੜੇ ਕਮੇਡੀ ਕਰਦੇ ਸੀ ਐਕਟਰ, ਉਹ ਜ਼ਰੂਰ ਕਰੋੜਾਪਤੀ ਬਣ ਗਏ। ਸੋ ਬਾਈ ਜੀ, ਜੇ ਫਿਲਮਾਂ ਦੇ ਵਿੱਚ ਲੱਚਰਤਾ ਆ ਰਹੀ ਹੈ, ਫਿਲਮਾਂ ਦੇ ਵਿੱਚ ਇੱਕੋ ਟੋਪਿਕ 'ਤੇ ਜਿਹੜੀਆਂ ਫਿਲਮਾਂ ਬਣ ਰਹੀਆਂ ਨੇ, ਉਸੇ ਤਰ੍ਹਾਂ ਜੇ ਆਪਾਂ ਗੱਲ ਕਰੀਏ ਮਿਊਜ਼ਿਕ ਵੀਡੀਓਜ਼ ਦੀ, ਤਾਂ ਉਹਨਾਂ ਦੇ ਵਿੱਚ ਦੇਖੋ ਵੀ ਰੈਪ ਦਾ ਤੜਕਾ ਮਿਊਜ਼ਿਕ ਇੰਡਸਟਰੀ ਦੇ ਵਿੱਚ ਅੱਜ ਹਿੱਟ ਹੋਇਆ ਪਿਆ, ਹੈ ਨਾ, ਅਤੇ ਵੀਡੀਓਜ਼ ਦੇ ਵਿੱਚ ਕੁੜੀਆਂ ਦੇ ਘੱਟ ਕੱਪੜੇ ਪੁਆਏ ਜਾਂਦੇ ਨੇ, ਅਤੇ ਉਹਨਾਂ ਲਈ ਤੁਹਾਡਾ ਜਿਹੜਾ ਗਾਇਕੀ ਭਾਈਚਾਰਾ ਜਿਹੜਾ ਉਹ ਕੋਈ ਕਦਮ ਚੁੱਕ ਰਿਹਾ ਵੀ ਇਹੋ ਜਿਹੀਆਂ ਵੀਡੀਓਜ਼ ਨੂੰ ਬੰਦ ਕੀਤਾ ਜਾਵੇ? ਦੇਖੋ ਜੀ, ਇੱਥੇ ਨਾ ਕੋਈ ਦੁਕਾਨ ਨਹੀਂ ਕਿਸੇ ਦੀ ਬੰਦ ਹੁੰਦੀ ਜੀ, ਇੱਥੇ ਸਭ ਦੇ ਆਪੋ ਆਪਣੇ ਸ਼ਟਰ ਲੱਗੇ ਹੋਏ ਨੇ, ਅਤੇ ਇੱਥੇ ਨਾ ਕਿਸੇ ਤੋਂ ਲਾਇਸੈਂਸ ਲੈਣਾ ਪੈਂਦਾ ਕਿ ਮੈਂ ਸਿੰਗਰ ਹੈਗਾ, ਮੈਂ ਐਕਟਰ ਹੈਗਾ, ਕੋਈ ਲੋੜ ਨਹੀਂ ਹੈਗੀ, ਨਥਿੰਗ ਐਲਸ। ਪਹਿਲੀ ਬਦਕਿਸਮਤੀ ਦੀ ਗੱਲ ਤਾਂ ਇਹ ਹੈਗੀ ਹੈ ਕਿ ਸਾਡੇ ਕੋਲ ਪੰਜਾਬ ਦੀ ਕੋਈ ਕਲਚਰ ਪੋਲਿਸੀ ਨਹੀਂ ਜੀ, ਸਾਡੇ ਕੋਲ ਕੋਈ ਸੇਧ ਹੀ ਨਹੀਂ ਹੈਗੀ ਕਿਹਨੂੰ ਅਸੀਂ ਕਲਚਰ ਕਹੀਏ ਕਿਹਨੂੰ ਨੋਨ ਕਲਚਰ ਕਹੀਏ। ਉਹ ਜੇ ਜਿਹੜੇ ਤੜਕਿਆਂ ਦੀ ਤੁਸੀਂ ਗੱਲ ਕਰਦੇ ਹੋ, ਉਹ ਅੱਜ ਦੇ ਯੰਗਸਟਰ ਕਹਿੰਦੇ ਨੇ ਗੱਲ ਹੀ ਇਹ ਹੈ, ਪਹਿਲਾਂ ਤੁਸੀਂ ਐਵੇਂ ਨਹੀਂ ਰਿਜ ਸਾਨੂੰ ਰੱਖਿਆ ਹੈ, ਅਤੇ ਉਹ ਕਹਾਣੀ ਇਹ ਹੈਗੀ ਹੈ ਕਿ ਥੋੜ੍ਹੇ ਦਿਨ ਪਹਿਲਾਂ ਮੇਰੀ ਸਰਦਾਰ ਸੁਖਬੀਰ ਸਿੰਘ ਬਾਦਲ ਉਹਨਾਂ ਨਾਲ ਇੱਕ ਇਸੇ ਗੱਲ ਦੇ ਉੱਤੇ ਡਿਸਕਸ਼ਨ ਹੋ ਰਹੀ ਸੀ ਜੀ ਜੀ, ਅਤੇ ਮੈਂ ਉਹਨਾਂ ਨੂੰ ਕਿਹਾ ਵੀ ਤੁਹਾਡਾ PTC ਚੈਨਲ ਹੈ ਜੀ, ਸਾਨੂੰ ਕੋਈ ਇਤਰਾਜ਼ ਨਹੀਂ ਜੀ ਜੀ ਤੁਹਾਡੇ ਚੈਨਲ 'ਤੇ, ਪਰ ਤੁਸੀਂ ਇੱਕ ਪਾਸੇ 8 ਘੰਟੇ ਗੁਰਬਾਣੀ ਚਲਾਉਣ ਤੋਂ ਮਗਰੋਂ ਨਾਲ ਹੀ ਹਨੀ ਸਿੰਘ 'ਤੇ ਇਹੋ ਜਿਹੇ ਗਾਣੇ ਲਾ ਦਿੰਦੇ ਹੋ, ਲਾਓ, ਇਹ ਵੀ ਨਹੀਂ ਕਹਿੰਦੇ ਵੀ ਤੁਸੀਂ ਹਟਾਓ, ਨਹੀਂ ਲਾਓ, ਤੁਹਾਨੂੰ TRP ਦੀ ਲੋੜ ਹੈਗੀ ਹੈ, ਤੁਹਾਨੂੰ ਪੈਸਿਆਂ ਦੀ ਲੋੜ ਹੈਗੀ ਹੈ, ਪਰ ਕੋਈ 2 ਘੰਟੇ ਕਲਚਰ ਨੂੰ ਵੀ ਦੇ ਦਿਓ, ਜਿਹਦੇ 'ਚ ਪੰਜਾਬ ਦਾ ਸੱਭਿਆਚਾਰ, ਪੰਜਾਬ ਦੇ ਕਲਚਰ ਦੀ ਗੱਲ ਹੋਵੇ, ਅਤੇ ਕਲਚਰਲੀ ਗਾਣੇ ਮੇਰੇ ਵਰਗਾ ਬਣਾਉਂਦਾ ਮਰ ਜਾਂਦਾ, 4 ਦਿਨ ਚਲਾ ਕੇ ਪਰਾਂ ਸਿੱਟ ਦਿੰਦੇ ਨੇ, ਇਹ 22 ਤਰ੍ਹਾਂ ਦੇ ਗਾਣੇ ਚਲਾਉਣ 'ਚ ਖੁਸ਼ੀ ਮਹਿਸੂਸ ਕਰਦੇ ਨੇ ਕੋਈ ਵੀ ਚੈਨਲ, ABCD ਕੋਈ ਵੀ ਚੈਨਲ, ਅਤੇ ਸਾਫ਼ ਸੁਥਰੇ ਅਕਸ ਨੂੰ ਦਿਖਾਉਣਾ ਇਹਨਾਂ ਨੂੰ ਔਖਾ ਤਕਲੀਫ਼ ਲੱਗਦੀ ਹੈ, ਕਿਉਂਕਿ ਮੈਂ ਕਹਿਣਾ ਕਿ ਸਾਡੀ ਅੱਜ ਦੀ ਗਾਇਕੀ, ਸਾਡਾ ਅੱਜ ਦਾ ਸੱਭਿਆਚਾਰ ਜਿਹੜਾ ਹੈ, ਉਹ ਅੱਜ ਦੇ ਇਸ ਯੁੱਗ ਦੇ ਵਿੱਚ ਉਹਨੂੰ ਕਿਵੇਂ ਅਸੀਂ ਦਿਖਾ ਸਕਦੇ ਹਾਂ, ਉਹਨੂੰ ਇਸੇ ਤਰ੍ਹਾਂ ਹੀ ਦਿਖਾ ਸਕਦੇ ਹਾਂ ਕਿ ਜੋ ਇਹ ਚੱਲ ਰਿਹਾ ਇਹਨੂੰ ਚੱਲਣ ਦਿਉ, ਇਹਦੇ ਮੁਕਾਬਲੇ 'ਚ ਇੱਕ ਲੰਮੀ ਲਕੀਰ ਕੱਢੀਏ, ਤਾਂ ਕਿ ਲੋਕ ਦੇਖਣ ਯਾਰ ਉਹ ਲਕੀਰ ਕਾਹਦੀ ਹੈ, ਤੁਸੀਂ ਬੰਦ ਨਹੀਂ ਕਰ ਸਕਦੇ, ਮਤਲਬ ਉਹਦੇ ਬਰਾਬਰ ਤੁਹਾਨੂੰ ਇਹੀ ਚੀਜ਼ਾਂ ਤੁਹਾਨੂੰ ਕਰਨੀਆਂ ਪੈਣਗੀਆਂ। ਮੈਂ ਰੀਸੈਂਟਲੀ ਮੇਰੀ ਜੁਗਨੀ ਕੈਸਟ ਲਾਂਚ ਕੀਤੀ, ਉਹਦਾ ਪਹਿਲੀ ਟਾਈਟਲ ਸੌਂਗ ਜਿਹੜਾ ਹੈਗਾ ਮੇਰੀ ਜੁਗਨੀ, ਮੈਂ ਆਪਦੇ ਲਾਈਵ ਫੋਕ ਸਟੂਡੀਓ 'ਚ ਉਹਨੂੰ ਪਿਕਚਰਾਈਜ਼ ਕੀਤਾ, ਉਹਦੇ 'ਚ ਇਨਸਰਟਸ ਪਾਏ, ਡਿਪਿਕਟ ਕੀਤਾ, ਅਤੇ ਉਹ ਬੜਾ ਪਬਲਿਸਾਈਜ਼ ਹੋਇਆ। ਉਹ ਤੋਂ ਮਗਰੋਂ ਹੁਣ ਇੱਕ ਅੜੀ ਜੱਟ ਦੀ ਗਾਣਾ ਚੈਨਲਾਂ 'ਤੇ ਆ ਰਿਹਾ, PTC 'ਤੇ ਐਕਸਕਲੂਸਿਵ ਆ ਰਿਹਾ, ਅਤੇ ਬਾਕੀ ਹੋਰ ਵੀ ਚੈਨਲ ਨੂੰ ਚੱਲੂਗਾ ਗਾਣਾ ਉਹ। ਉਹਦੇ 'ਚ ਮੈਂ ਆਪਦੇ ਪਿੰਡ ਦੀਆਂ ਲੋਕੇਸ਼ਨਸ ਲੈ ਕੇ, ਆਪਦਾ ਘਰ ਲੈ ਕੇ, ਅਤੇ ਆਪਦੇ ਪਿੰਡ ਦੇ ਲੋਕਾਂ ਨੂੰ ਲੈ ਕੇ ਉਹ ਗਾਣਾ ਬਣਾਇਆ।
ਤੇ ਮੈਂ ਇੱਕ ਜੱਟ ਦੀ ਸੈਕੀ ਨੂੰ ਡਿਪਿਕਟ ਕੀਤਾ ਉਹਦੇ ਵਿੱਚ। ਜੱਟਾਂ ਦੇ ਤੁਸੀਂ ਕਾਫੀ ਗਾਣੇ ਮੁੱਛਾਂ ਕੁੰਡੀਆਂ ਦੇ ਟੋਰੇ ਵਾਲੀ ਪੱਗ ਉਸੇ ਤਰ੍ਹਾਂ ਇਹ ਜੱਟ ਵਾਲਾ ਗਾਣਾ, ਤੇ ਕੋਈ ਵੀ ਜੱਟਾਂ ਵਾਲਾ ਗੀਤ ਜਿਹੜਾ ਤੁਹਾਨੂੰ ਜ਼ਿਆਦਾ ਵਧੀਆ ਲੱਗਦਾ ਤੇ ਉਹਦੇ ਦੋ ਬੋਲ ਸਾਡੇ ਦਰਸ਼ਕਾਂ ਨੂੰ? ਜਿਹੜਾ ਹੁਣ ਮੈਂ ਲੇਟੈਸਟ ਗਾਣਾ ਜੀ ਉਹਦਾ ਵੀਡੀਓ ਵੀ ਤੁਹਾਨੂੰ ਦੇਊਂਗਾ ਤਾਂ ਕਿ ਤੁਸੀਂ ਉੱਥੇ ਚਲਾ ਸਕੋ ਜੀ ਜੀ, ਤੇ ਉਸ ਗਾਣੇ ਦੀਆਂ ਦੋ ਲੈਣਾ ਤੁਹਾਡੇ ਨਾਲ ਸਾਂਝੀਆਂ ਕਰ ਲਈ ਜ਼ਰੂਰ। ਅੱਖ ਵਿੱਚ ਲਾਲੀ ਅੱਖ ਵਿੱਚ ਲਾਲੀ ਮੁੱਛ ਖੜੀ ਜੱਟ ਦੀ ਪੱਟ ਦਿੰਦੀ ਕਰ ਇੱਕ ਅੜੀ ਜੱਟ ਦੀ, ਅੱਖ ਵਿੱਚ ਲਾਲੀ ਅੱਖ ਵਿੱਚ ਲਾਲੀ ਮੁੱਛ ਖੜੀ ਜੱਟ ਦੀ ਪੱਟ ਦਿੰਦੀ ਕਰ ਇੱਕ ਅੜੀ ਜੱਟ ਦੀ। ਕੀ ਬਾਤ ਹੈ ਪੰਮੀ ਬਾਈ ਜੀ, ਤੁਹਾਡਾ ਜਿਹੜਾ ਆਹ ਵਾਲਾ ਸਟਾਈਲ ਹੈ ਨਾ ਨੱਚ ਨੱਚ ਪਾਉਣੀ ਧਮਾਲ ਦੇ ਵਿੱਚ ਵੀ ਤੁਸੀਂ ਇਹਦੇ ਜਗਤ ਪ੍ਰਸਿੱਧ ਹੋਇਆ। ਅਤੇ ਬਾਈ ਜੀ ਤੁਹਾਡੇ ਨਾਲ ਗੱਲਾਂ ਬਾਤਾਂ ਆਪਾਂ ਇਸੇ ਤਰ੍ਹਾਂ ਜਾਰੀ ਰੱਖਾਂਗੇ, ਬਹੁਤ ਵਧੀਆ ਗੱਲਾਂ ਹੋ ਰਹੀਆਂ, ਗਾਣੇ ਵੀ ਸੁਣ ਰਹੇ ਹਾਂ, ਅਤੇ ਅੱਜ ਤੁਹਾਡੇ ਘਰ ਆਏ ਹਾਂ, ਬਹੁਤ ਵਧੀਆ ਤੁਸੀਂ ਸ਼ਾਨਦਾਰ ਕੋਠੀ ਇੱਥੇ ਪਾ ਕੇ ਰਹਿ ਰਹੇ ਹੋ। ਅਤੇ ਇੱਕ ਹੋਰ ਮੈਂ ਪੁੱਛਣਾ ਚਾਹੁੰਦਾ ਵੀ ਮੇਨ ਰੋਡ ਦੇ ਉੱਤੇ ਕਮਰਸ਼ੀਅਲ ਜਗ੍ਹਾ ਦੇ ਉੱਤੇ ਤੁਸੀਂ ਕੋਠੀ ਪਾਈ ਵੀ ਆ, ਅਤੇ ਇਹਦਾ ਕੀ ਕਾਰਨ ਕਿ ਉਹ ਬਸ ਜੱਟ ਦੀ ਗੱਲ ਇਹ ਹੈ ਜੀ ਕਿ ਆਹੀ ਤਾਂ ਗਾਣਾ ਤੁਹਾਨੂੰ ਸੁਣਾਇਆ ਕਹਿੰਦਾ, ਮਤਲਬ ਕਿ ਜੱਟ ਜੀ ਦੀ ਜੱਟ ਦੀ ਤਰਾਸ ਦੀ ਹੈ, ਮਤਲਬ ਕਿ ਕੋਠੀ ਕਾਰ ਬਿਨਾਂ ਕਹਿੰਦਾ ਨਹੀਂ ਹੋ ਸਕਦਾ ਜੀ ਜੀ ਜੀ, ਮਤਲਬ ਕਿ ਇਹ ਜਿਹੜੀ ਇਹ ਕਮਰਸ਼ੀਅਲ ਜਗ੍ਹਾ ਦੇ ਉੱਤੇ ਜੱਟ ਹੀ ਮੂਰਖਤਾ ਕਰ ਸਕਦਾ ਕੋਈ ਮੇਰੀ ਥਾਂ 'ਤੇ ਹੋਰ ਕੋਈ ਹੁੰਦਾ ਬੰਦਾ ਤਾਂ ਉਹਨੇ ਮੂਹਰੇ ਚਾਰ ਸ਼ੋਰੂਮ ਬਣਾਏ ਹੁੰਦੇ ਅਤੇ ਪਿੱਛੇ ਕੋਠੀ ਪਾਈ ਹੁੰਦੀ। ਐਂ ਸੋ ਮੈਨੂੰ ਸਵਰਗੀ ਐਮ ਐਸ ਰੰਧਾਵਾ ਸਾਹਿਬ ਦੀ ਕਈ ਵਾਰ ਯਾਦ ਆਉਂਦੀ ਹੈ, ਉਹਨਾਂ ਨੂੰ ਮੈਨੂੰ ਇੱਕ ਵਾਰੀ ਮਿਲਣ ਦਾ ਮੌਕਾ ਮਿਲਿਆ, ਉਹ ਮੈਨੂੰ ਕਹਿੰਦੇ ਕਿਹਨਾਂ ਦਾ ਮੁੰਡਾ, ਮੈਂ ਕਿਹਾ ਜੱਟਾਂ ਦਾ ਜੀ, ਅਤੇ ਮੈਨੂੰ ਕਹਿਣ ਲੱਗੇ ਜਦੋਂ ਜੱਟ ਲਵੇ ਪੈਸੇ ਆਉਂਦੇ ਨੇ ਪਹਿਲਾਂ ਕੋਠੀ 'ਤੇ ਥੱਪ ਦਿੰਦਾ। ਐਂ ਸੋ ਇਸ ਕਰਕੇ ਇਹ ਸੱਚੇ ਪਾਤਸ਼ਾਹ ਨੇ ਬਖਸ਼ੀ ਹੈ, ਅਤੇ ਨਾਲ ਇੱਥੇ ਗਿਲ ਲੈ ਕੇ ਕੁਛ ਨਹੀਂ ਜਾਣਾ, ਅਤੇ ਆਹੀ 14 ਦਿਨਾਂ ਦਾ ਮੇਲਾ ਹੈ, ਅਤੇ ਹੱਸ ਖੇਡ ਕੇ ਅਤੇ ਨਜ਼ਾਰੇ ਲੈ ਕੇ ਜਾਓ। ਮੈਂ ਤਾਂ ਆਪਦੀ ਜ਼ਿੰਦਗੀ ਦਾ ਇੱਕ ਇੱਕ ਦਿਨ ਐਨ ਜਿਉਣਾ, ਹੱਸ ਖੇਡ ਕੇ ਜਿਉਣਾ ਅਤੇ ਮੌਜਾਂ ਨਾਲ ਜਿਉਣਾ, ਆਪਦੀ ਸਰਦਾਰੀ 'ਚ ਜਿਉਣਾ ਅਤੇ ਸੱਚੇ ਪਾਤਸ਼ਾਹ ਦੀ ਛਤਰਛਾਇਆ 'ਚ ਜਿਉਣਾ। ਕੀ ਬਾਤ ਹੈ, ਬਹੁਤ ਵਧੀਆ ਗੱਲਾਂ ਬਾਈ ਜੀ ਤੁਹਾਡੇ ਨਾਲ ਹੋ ਰਹੀਆਂ, ਅਤੇ ਸਮਾਂ ਫਿਰ ਕਹਿ ਰਿਹਾ ਵੀ ਇੱਕ ਬ੍ਰੇਕ ਲਈ ਜਾਵੇ। ਲਓ ਜੀ ਬ੍ਰੇਕ ਫਿਰ। ਸੋ ਦਰਸ਼ਕੋ ਤੁਸੀਂ ਕਿਤੇ ਨਹੀਂ ਜਾਣਾ, ਪੰਮੀ ਬਾਈ ਜੀ ਹੁਣਾਂ ਨਾਲ ਸਾਡਾ ਅੱਜ ਦਾ ਇਹ ਰੂਬਰੂ ਪ੍ਰੋਗਰਾਮ ਇਸੇ ਤਰ੍ਹਾਂ ਰਹੇਗਾ ਜਾਰੀ, ਮਿਲਦੇ ਹਾਂ ਜੀ ਬ੍ਰੇਕ ਤੋਂ ਬਾਅਦ। ਰੂਬਰੂ ਦੇ ਪ੍ਰਯੋਜਕ ਹਨ ਅੰਬਾ ਚਵੈਲਰਸ, ਵਿਸ਼ਵਾਸ 30 ਸਾਲਾਂ ਦਾ। ਰੂਬਰੂ ਦੇ ਪ੍ਰਯੋਜਕ ਹਨ ਅੰਬਾ ਚਵੈਲਰਸ, ਵਿਸ਼ਵਾਸ 30 ਸਾਲਾਂ ਦਾ। ਬ੍ਰੇਕ ਤੋਂ ਬਾਅਦ ਸਾਰੇ ਹੀ ਦਰਸ਼ਕਾਂ ਦਾ ਇੱਕ ਵਾਰੀ ਫਿਰ ਸਵਾਗਤ ਹੈ ਪ੍ਰੋਗਰਾਮ ਰੂਬਰੂ ਦੇ ਵਿੱਚ, ਅਤੇ ਸਾਡੇ ਨਾਲ ਨੇ ਅੱਜ ਤੁਹਾਡੇ ਹਰਮਨ ਪਿਆਰੇ ਕਲਾਕਾਰ ਪੰਮੀ ਬਾਈ ਜੀ। ਸੋ ਬਾਈ ਜੀ, ਗੱਲਾਂ ਬਾਤਾਂ ਨੂੰ ਅੱਗੇ ਤੋਰਦੇ ਹੋਏ ਮੈਂ ਤੁਹਾਨੂੰ ਇੱਕ ਪੁੱਛਣਾ ਚਾਹੁੰਦਾ, ਇੱਕ ਸੀਨੀਅਰ ਆਰਟਿਸਟ ਹੋਣ ਦੇ ਨਾਤੇ ਵੀ ਇੱਕ ਜਿਹੜੀ ਪਾਇਰੇਸੀ ਦੀ ਹਨੇਰੀ ਆ ਜਿਹੜੀ ਝੁੱਲੀ ਹੋਈ ਆ ਪੰਜਾਬੀ ਮਿਊਜ਼ਿਕ ਇੰਡਸਟਰੀ 'ਤੇ, ਔਰ ਪੰਜਾਬੀ ਮਿਊਜ਼ਿਕ ਕਿਤੇ ਨਾ ਕਿਤੇ ਉਹਦੀ ਮਾਰ ਹੇਠ ਦੱਬਿਆ ਪਿਆ ਉਹ ਇਸ ਟਾਈਮ, ਅਤੇ ਕੋਈ ਹੱਲ ਹੈ ਇਹਦਾ? ਕੋਈ ਹੱਲ ਜਦੋਂ ਦਾ ਇੰਟਰਨੈਟ ਆ ਗਿਆ, ਗਲੋਬਲਾਈਜੇਸ਼ਨ ਹੋ ਗਈ ਹੈ, ਤੁਸੀਂ ਪਾਇਰੇਸੀ ਨੂੰ ਸਿਰਫ ਇਕੱਲੀਆਂ ਕੈਸਟ ਦੇ ਉੱਤੇ ਤਾਂ ਰੋਕ ਸਕਦੇ ਹੋ ਜੀ, ਸੀਡੀਜ਼ ਨੂੰ ਤਾਂ ਰੋਕ ਸਕਦੇ ਹੋ, ਪਰ ਤੁਸੀਂ ਇੰਟਰਨੈਟ ਨੂੰ ਕਿਵੇਂ ਰੋਕੋਗੇ, ਯੂਟਿਊਬ ਨੂੰ ਕਿਵੇਂ ਰੋਕੋਗੇ?
ਸੋ ਉਹ ਤਾਂ ਹੁਣ ਜਿਹੜਾ ਬੈਸਟ ਵੇ ਤਾਂ ਹੁਣ ਇਹੀ ਹੈਗਾ ਕਿ ਤੁਸੀਂ ਆਪਦੀ ਨਵੀਂ ਕੈਸਟ ਆਈਟਿਊਨ ਨੂੰ ਦਿਓ ਸਿੱਧੀ ਅਤੇ ਲੋਕ ਆਈਟਿਊਨ ਤੋਂ ਵੀ ਕਹਿੰਦੇ ਨੇ ਕਾਪੀ ਮਾਰ ਕੇ ਅਤੇ ਅਜਿਹੀਆਂ ਕਿੰਨੀਆਂ ਸਾਈਟਸ ਨੇ ਜਿਹੜੀਆਂ ਫਰੀ ਡਾਊਨਲੋਡਿੰਗ ਵਾਲੀਆਂ ਨੇ ਅਤੇ ਉਹ ਉੱਥੇ ਪਾਉਂਦੇ ਨੇ। ਸੋ ਇਹ ਬਿਮਾਰੀ ਜਿਹੜੀ ਪਣਪ ਪਈ ਹੈ ਇਹ ਤਾਂ ਲੋਕਾਂ ਨੂੰ ਹੀ ਉਸ ਲਈ ਸੋਚਣਾ ਪੈਣਾ ਕਿ ਅਸੀਂ ਓਰੀਜਨਲ ਸੀਡੀਜ਼ ਖਰੀਦੀਏ, ਪਰ ਕੋਈ ਬੰਦਾ ਵੀ ਅੱਜ ਓਰੀਜਨਲ ਸੀਡੀ ਖਰੀਦਣ ਲਈ ਜਾਂਦਾ ਨਹੀਂ। ਆ ਹੁਣ ਅਸੀਂ ਮੇਰੀ ਜੁਗਨੀ ਦੀ ਸੀਡੀ ਆਲਮੋਸਟ ਸਾਰੇ ਇੰਡੀਆ ਦੇ ਵਿੱਚ ਸਪਰੈਡ ਕੀਤੀ ਹੈ, ਪਰ ਆਈਟਿਊਨ 'ਤੇ ਵੀ ਪਾਈ ਹੈ। ਸਾਨੂੰ ਆਈਟਿਊਨ ਦਾ ਜ਼ਿਆਦਾ ਰਿਸਪੋਂਸ ਹੈ, ਬਾਕੀ ਤਾਂ ਚਲੋ ਠੀਕ ਹੈ, ਹਰ ਥਾਂ ਦੇ ਉੱਤੇ ਸੀਡੀ ਭੇਜੀ ਹੈ, ਬੜੀ ਥਾਂ 'ਤੇ ਪਿਕ ਵੀ ਹੈ, ਲੋਕ ਲੈਂਦੇ ਵੀ ਨੇ, ਪਰ ਉਹ ਮਾਰਜਨ ਨਹੀਂ ਕਿ ਅੱਗੇ ਜਿਵੇਂ ਲੱਖਾਂ 'ਚ ਸਾਡੀਆਂ ਸੀਡੀਆਂ ਵਿਕਦੀਆਂ ਤੀਆਂ, ਲੱਖਾਂ 'ਚ ਕੈਸਟਾਂ ਵਿਕਦੀਆਂ ਸੀਆਂ, ਉਹ ਹੁਣ ਉਹ ਮਤਲਬ ਕਿ ਹਜ਼ਾਰਾਂ 'ਚ ਆ ਗਈਆਂ ਨੇ, ਬਹੁਤ ਘੱਟ ਰੇਸ਼ੋ 'ਚ ਆ ਗਈਆਂ ਨੇ। ਸੋ ਬਾਈ ਜੀ, ਇੱਕ ਹੋਰ ਮੇਰੇ ਮਨ ਦੇ ਵਿੱਚ ਹਮੇਸ਼ਾ ਸਵਾਲ ਆ ਜਿਹੜਾ ਰੜਕਦਾ ਰਹਿੰਦਾ ਵੀ ਤੁਸੀਂ ਫੋਕ ਡਾਂਸਿਸ ਨੂੰ ਸਮਰਪਿਤ ਹੋ, ਤੁਸੀਂ ਪੰਮੀ ਬਾਈ ਦਾ ਜਦੋਂ ਨਾਂ ਆਉਂਦਾ, ਭੰਗੜੇ ਦਾ ਨਾਂ ਆਉਂਦਾ, ਸਾਡਾ ਫੋਕ ਜਿਹੜਾ ਸੰਗੀਤ ਉਹਦਾ ਨਾਂ ਆਉਂਦਾ, ਪਰ ਅੱਜ ਕੱਲ੍ਹ ਦੀ ਜਿਹੜੀ ਗਾਇਕੀ ਚੱਲ ਰਹੀ ਹੈ ਤੁਸੀਂ ਦੇਖ ਰਹੇ ਹੋ ਕਿਸ ਤਰ੍ਹਾਂ ਦੀ ਗਾਇਕੀ ਆ, ਸੁਣਨ ਨੂੰ ਕੀ ਆਪਾਂ ਨੂੰ ਮਿਲ ਰਿਹਾ, ਹੈ ਨਾ, ਸੈਕਿੰਡ ਹੈਂਡ ਕੋਈ ਕਹਿ ਰਿਹਾ, ਜਵਾਨੀ ਨੂੰ ਕੋਈ ਕੀ ਕੁਛ ਕਰ ਰਿਹਾ, ਪਰ ਕਿਤੇ ਨਾ ਕਿਤੇ ਇਹ ਨਹੀਂ ਲੱਗਦਾ ਵੀ ਇਸ ਤਰ੍ਹਾਂ ਦੀ ਜਿਹੜੀ ਗਾਇਕੀ ਉਹ ਕਿਤੇ ਨਾ ਕਿਤੇ ਸਾਡੇ ਸੱਭਿਆਚਾਰ 'ਤੇ ਹਾਵੀ ਹੋ ਜਾਂਦੀ ਹੈ ਜਿਹੜੀ ਦੋ ਅਰਥੀ ਗਾਇਕੀ ਹੈ? ਦੇਖੋ, ਗੱਲ ਇਹ ਹੈਗੀ ਹੈ ਕਿ ਸਮੇਂ ਦੇ ਨਾਲ ਨਾਲ ਸਾਰੀਆਂ ਚੀਜ਼ਾਂ ਬਦਲਦੀਆਂ ਰਹਿੰਦੀਆਂ ਨੇ। ਦੋ ਅਰਥੀ ਗਾਇਕੀ ਤਾਂ ਬਹੁਤ ਦੇਰ ਪਹਿਲਾਂ ਤੋਂ ਚੱਲਦੀ ਆ ਰਹੀ ਹੈ, ਅੱਜ ਤੋਂ ਨਹੀਂ। ਲੱਚਰਪਣਾ ਉਸ ਦਿਨ ਹੀ ਆ ਗਿਆ ਸੀ ਜਦੋਂ ਇਸ ਮਰਦ ਸਮਾਜ ਦੇ ਉੱਤੇ ਆਇਆ, ਅਤੇ ਲੱਚਰਪਣਾ ਅੱਗੇ ਇੱਕ ਜਗ੍ਹਾ ਦੇ ਉੱਤੇ ਸੀਮਤ ਸੀ। ਜੇ ਕਿਸੇ ਨੇ ਕਰਾਰੀਆਂ ਬੋਲੀਆਂ ਸੁਣਨੀਆਂ ਨੇ ਤਾਂ ਛਪਾਰ ਦੇ ਮੇਲੇ 'ਤੇ ਰਾਤ ਨੂੰ ਜਾਣਾ ਪੈਂਦਾ ਸੀ, ਜਗਰਾਵਾਂ ਦੀ ਰੋਸ਼ਨੀ 'ਤੇ ਰਾਤ ਨੂੰ ਗਿੱਧੇ ਦੀਆਂ ਬੋਲੀਆਂ ਸੁਣਨ ਜਾਣਾ ਪੈਂਦਾ ਸੀ। ਜੰਨ ਚੜ੍ਹਨ ਤੋਂ ਮਗਰੋਂ ਸਾਡੇ ਪਿੰਡਾਂ ਦੇ ਵਿੱਚ ਇਕੱਲੀਆਂ ਬੁੜੀਆਂ ਰਹਿ ਜਾਂਦੀਆਂ ਘਰੇ, ਹੁਣ ਤਾਂ ਸਾਰਾ ਟੱਬਰ ਹੀ ਤੁਰ ਪੈਂਦਾ ਵਿਆਹ 'ਚ, ਉਦੋਂ ਇਕੱਲੇ ਮਰਦ ਜਾਂਦੇ ਸੀ, ਅਤੇ ਉਹ ਬੁੜੀਆਂ ਪਿੱਛੋਂ ਉਸ ਤਰ੍ਹਾਂ ਦੀ ਧਮੱਚੀ ਮਚਾਉਂਦੀਆਂ ਜਿਹੜੇ ਕਿਤੇ ਤੁਸੀਂ ਬੋਲੀਆਂ ਸੁਣੀ ਵੀ ਨਹੀਂ ਸਕਦੇ। ਸੋ ਉਹ ਲੱਚਰਪਣਾ ਇੱਕ ਪ੍ਰੋਪਰ ਛੋਟੇ ਛੋਟੇ ਸੈਗਮੈਂਟਸ ਦੇ ਵਿੱਚ ਸੀ, ਅੱਜ ਉਹ ਲੱਚਰਪਣਾ ਸਾਡੇ ਵੱਖ ਵੱਖ ਸੈਟੇਲਾਈਟ ਚੈਨਲਸ ਦੇ ਜ਼ਰੀਏ, ਵੀਡੀਓ ਦੇ ਜ਼ਰੀਏ ਸਾਡੇ ਬੈਡਰੂਮਾਂ ਤੱਕ ਪਹੁੰਚ ਗਿਆ, ਸਾਨੂੰ ਔਖਾ ਲੱਗਣ ਲੱਗ ਗਿਆ, ਇੰਟਰਨੈਟ 'ਤੇ ਪਹੁੰਚ ਗਿਆ, ਸਾਨੂੰ ਔਖਾ ਲੱਗਣ ਲੱਗ ਗਿਆ। ਦੇਖੋ, ਇਹ ਸਮੇਂ ਦੇ ਨਾਲ ਨਾਲ ਇਹ ਤਬਦੀਲੀਆਂ ਨੇ ਜਿਹੜੀਆਂ ਇਹ ਬਣੀਆਂ ਆਈਆਂ ਨੇ, ਅਤੇ ਇਹਨਾਂ ਨੂੰ ਫੇਸ ਕਰਨ ਦੇ ਲਈ ਵੀ ਬੜੇ ਉਪਰਾਲੇ ਨੇ, ਬੜਾ ਕੁਛ ਕੀਤਾ ਜਾ ਸਕਦਾ। ਅਤੇ ਲੱਚਰਪਣੇ ਦਾ ਪਹਿਲੀ ਤਾਂ ਉਹਦੇ ਰੂਪ ਰੇਖਾ, ਉਹ ਛਾਨਣੀ ਬਹੁਤ ਔਖੀ ਹੈ ਕਿ ਆਹ ਲੱਚਰ ਹੈ, ਆਹ ਲੱਚਰ ਨਹੀਂ, ਆਹ ਦੋ ਮਤਵਲੀ ਹੈ, ਆਹ ਦੋ ਮਤਵਲੀ ਨਹੀਂ। ਸੋ ਇਸ ਗੱਲ ਕਰਕੇ ਇਹ ਤਾਂ ਤੁਹਾਨੂੰ ਚਾਨਣ ਲੋਕਾਂ 'ਚ ਦੇਣਾ ਪੈਣਾ, ਤੁਹਾਨੂੰ ਉਸ ਜਿਹੜੀ ਅੱਜ ਦੀ ਨਵੀਂ ਪਨੀਰੀ, ਅੱਜ ਦਾ ਯੰਗਸਟਰਸ, ਅੱਜ ਦੇ ਬੱਚੇ, ਉਹਨਾਂ ਨੂੰ ਆਪਦੇ ਕਲਚਰ ਨਾਲ ਜੋੜਨ ਦੀ ਬਹੁਤ ਜ਼ਿਆਦਾ ਲੋੜ ਹੈ। ਸਾਡੇ ਬੱਚੇ ਤਾਂ ਪਹਿਲਾਂ ਸਾਡੀ ਮਾਂ ਬੋਲੀ ਨਾਲ ਹੀ ਨਹੀਂ ਜੁੜੇ, ਅਸੀਂ ਅੰਗਰੇਜ਼ੀ ਸਕੂਲਾਂ 'ਚ ਪੜ੍ਹਾਉਂਦੇ ਹਾਂ, ਪੰਜਾਬੀ ਘਰੇ ਬੋਲਦੇ ਨਹੀਂ, ਹਿੰਦੀ ਬੋਲਦੇ ਹਾਂ, ਸਾਡੀ ਬਦਕਿਸਮਤੀ ਇੱਥੇ ਸ਼ੁਰੂ ਹੋ ਜਾਂਦੀ ਹੈ ਕਿ ਅਸੀਂ ਆਪਦੇ ਬੱਚਿਆਂ ਨੂੰ ਸੰਸਕਾਰ ਕੀ ਦੇ ਰਹੇ ਹਾਂ। ਜਦੋਂ ਦਾ ਜੁਆਇੰਟ ਫੈਮਿਲੀ ਸਿਸਟਮ ਟੁੱਟਿਆ ਪਰਿਵਾਰਾਂ ਦੇ ਵਿੱਚ, ਨਾ ਬੱਚੇ ਨੂੰ ਪਤਾ ਮੇਰੀ ਭੂਆ ਹੈ, ਨਾ ਬੱਚੇ ਨੂੰ ਪਤਾ ਮੇਰੀ ਮਾਸੀ ਹੈ, ਸਾਰੇ ਅੰਕਲ ਆਂਟੀਆਂ ਬਣ ਗਏ ਨੇ। ਸੋ ਇਸ ਕਰਕੇ ਜਿਹੜਾ ਹੈਗਾ ਕਿ ਬਹੁਤ ਬਹੁਤ ਜ਼ਰੂਰੀ ਹੈ ਇਸ ਗੱਲ ਦੇ ਲਈ ਗਿੱਲ ਕਿ ਵੀ ਤੁਸੀਂ ਪੰਜਾਬੀ ਮਾਂ ਬੋਲੀ ਨੂੰ ਸਾਂਭਣਾ ਕਿਵੇਂ ਹੈ, ਪੰਜਾਬੀ ਕਲਚਰ ਨੂੰ ਲੱਚਰਪਣੇ ਤੋਂ ਬਚਾਉਣਾ ਕਿਵੇਂ ਹੈ। ਪਰ ਉਹਦੇ ਲਈ ਜਿਵੇਂ ਤੁਹਾਨੂੰ ਪਹਿਲਾਂ ਮੈਂ ਅਰਜ਼ ਕਰ ਚੁੱਕਿਆ ਕਿ ਸਾਡੀਆਂ ਸਰਕਾਰਾਂ ਖਾਮੋਸ਼ ਨੇ, ਸਾਡੇ ਲੋਕ ਬੋਲਣਾ ਕੋਈ ਨਹੀਂ ਚਾਹੁੰਦਾ, ਕਹਿੰਦਾ ਭਗਤ ਸਿੰਘ ਤਾਂ ਹੋਵੇ ਪਰ ਗਵਾਂਢੀਆਂ ਦੇ ਹੋਵੇ, ਹਾਂਜੀ। ਸੋ ਇਸ ਗੱਲ ਕਰਕੇ ਮੇਰੇ ਵਰਗਾ ਬੋਲਦਾ ਉਹ ਕਹਿੰਦਾ ਯਾਰ ਉਹ ਤਾਂ ਬੋਲਦਾ ਬਹੁਤ ਆ, ਹੈਂ, ਅਤੇ ਪਰ ਮੈਂ ਚੌਂਕੀਦਾਰਾ ਕਰ ਰਿਹਾ, ਮੈਂ ਆਪਣੇ ਪੰਜਾਬੀ
ਮਾਂ ਬੋਲੀ ਲਈ, ਆਪਣੀ ਪੰਜਾਬੀ ਕਲਚਰ ਲਈ। ਜਾਗਦੇ ਰਹੋ ਦਾ ਹੋਕਾ ਮੈਂ ਦਿੰਦਾ, ਜਾਗਣਾ ਤਾਂ ਲੋਕਾਂ ਦਾ ਫਰਜ਼ ਹੈ ਨਾ। ਜੀ 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 ਬਿਲਕੁਲ ਬਾਈ ਜੀ, ਗੱਲਾਂ ਬਾਤਾਂ ਚੱਲ ਰਹੀਆਂ ਵਧੀਆ ਹੈ ਨਾ, ਅਤੇ ਜੇ ਕੋਈ ਵਧੀਆ ਜਿਹਾ ਗੀਤ ਹੋ ਜਾਵੇ ਜਿਹੜਾ ਤੁਹਾਨੂੰ ਲੱਗਦਾ ਵੀ ਬਹੁਤ ਵਧੀਆ ਮੇਰੇ ਦਿਲ ਦੇ ਕਰੀਬ ਹੈ, ਅਤੇ ਜਦੋਂ ਤੁਸੀਂ ਸਟੇਜ 'ਤੇ ਜਾਂਦੇ ਹੋ ਵਧੀਆ ਮੂਡ ਬਣਿਆ ਹੋਵੇ ਤਾਂ ਉਦੋਂ ਤੁਸੀਂ ਉਹ ਗੀਤ ਗਾਉਂਦੇ। ਦੇਖੋ ਗੱਲ ਇਹ ਹੈ ਕਿ ਮਾਂ ਨੂੰ ਤਾਂ ਸਾਰੇ ਪੁੱਤ ਪਿਆਰੇ ਹੁੰਦੇ ਨੇ। ਜੀ ਜੀ ਮੈਨੂੰ ਤਾਂ ਮੇਰੇ ਇੰਨੇ ਕੁ ਹਿੱਟ ਗੀਤ ਨੇ ਜੀ ਕਿ ਮੈਂ ਜੇ ਗਾਉਣਾ ਸ਼ੁਰੂ ਕਰਦਾ ਤਾਂ ਰਾਤ ਤੱਕ ਮੈਂ ਉਹਨਾਂ ਨੂੰ ਗੀਤਾਂ ਨੂੰ ਗਾਈ ਜਾਵਾਂ ਜਿਹੜੇ ਲੋਕਾਂ ਨੇ ਪ੍ਰਮਾਣਿਤ ਕੀਤਾ। ਜੀ ਜੀ ਅਤੇ ਪਰ ਨਾਲ ਨਾਲ ਮੈਂ ਕੁਛ ਆਪਦੇ ਸਕੂਨ ਲਈ ਜੀ, ਆਪਦੇ ਉਸ ਅੰਦਰਲੇ ਮਨ ਲਈ ਵੀ ਗਾਉਣਾ। ਜੀ 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 ਉਹਦੇ ਲਈ ਵੀ ਮੈਂ ਪਿੰਡਾਂ ਦੀ ਬਾਤ ਪਾਉਣਾ। ਮੈਂ ਜੱਟਾਂ ਦਾ ਮੁੰਡਾ, ਕਿਰਸਾਨੀ 'ਚ ਅੱਜ ਕੀ ਹਾਲਤ ਹੋਈ ਪਈ ਹੈ, ਕਿਉਂ ਖੁਦਕੁਸ਼ੀਆਂ ਕਰ ਰਹੇ ਨੇ ਜੱਟ, ਉਹਨਾਂ ਦੀਆਂ ਗੱਲਾਂ ਵੀ ਕਰਦਾ। ਰਾਜ ਕਾਕੜੇ ਨੇ ਬਹੁਤ ਖੂਬਸੂਰਤ ਲੈਣਾ ਲਿਖੀਆਂ ਨੇ, ਦੋ ਲੈਣਾ ਮੈਂ ਆਪਦੇ ਸਰੋਤਿਆਂ ਨਾਲ ਸਾਂਝੀਆਂ ਕਰਦਾ। ਜੀ ਜ਼ਰੂਰ। ਨੰਗੇ ਪਿੰਡ ਕੀਤੀ ਸੀ ਕਮਾਈ ਬਾਪੂ ਨੇ, ਟੌਰ ਸਾਰੇ ਪਿੰਡ 'ਚ ਬਣਾਈ ਬਾਪੂ ਨੇ। ਨੰਗੇ ਪਿੰਡ ਕੀਤੀ ਸੀ ਕਮਾਈ ਬਾਪੂ ਨੇ, ਟੌਰ ਸਾਰੇ ਪਿੰਡ 'ਚ ਬਣਾਈ ਬਾਪੂ ਨੇ। ਹੁਣ ਮੁੰਡਾ ਜਦੋਂ ਦਾ ਜਵਾਨ ਹੋ ਗਿਆ, ਹੁਣ ਮੁੰਡਾ ਜਦੋਂ ਦਾ ਜਵਾਨ ਹੋ ਗਿਆ, ਕਹਿੰਦਾ ਬਾਪੂ ਗੱਲ ਕਰੇ ਕਿਹੜੇ ਯੁੱਗ ਦੀ, ਫੈਸ਼ਨਾਂ ਨੇ ਮਾਰ ਲਈ ਜਵਾਨੀ ਮਿੱਤਰੋ, ਨਸ਼ਿਆਂ 'ਚ ਜਾਂਦੀ ਏ ਜ਼ਮੀਨ ਉੱਡਦੀ। ਫੈਸ਼ਨਾਂ ਨੇ ਮਾਰ ਲਈ ਜਵਾਨੀ ਮਿੱਤਰੋ, ਨਸ਼ਿਆਂ 'ਚ ਜਾਂਦੀ ਏ ਜ਼ਮੀਨ ਉੱਡਦੀ। ਕਿਆ ਬਾਤ ਹੈ ਬਾਈ ਜੀ, ਸੋ ਜਾਂਦੇ ਜਾਂਦੇ ਤੁਸੀਂ ਬਹੁਤ ਵਧੀਆ ਮੈਸੇਜ ਦਿੱਤਾ ਹੈ ਸਾਡੇ ਦਰਸ਼ਕਾਂ ਨੂੰ, ਕਿਉਂਕਿ ਸਮਾਂ ਜਿਹੜਾ ਉਹ ਇਜਾਜ਼ਤ ਨਹੀਂ ਦੇ ਰਿਹਾ, ਉਹ ਮੈਨੂੰ ਵਾਰ ਵਾਰ ਇਸ਼ਾਰਾ ਹੋ ਰਿਹਾ ਵੀ ਪ੍ਰੋਗਰਾਮ ਦਾ ਜਿਹੜਾ ਟਾਈਮ ਉਹ ਘੱਟ ਗਿਆ। ਸੋ ਤੁਹਾਡਾ ਬਹੁਤ ਬਹੁਤ ਧੰਨਵਾਦ, ਤੁਹਾਡੇ ਨਾਲ ਬਹੁਤ ਵਧੀਆ ਗੱਲਾਂ ਹੋਈਆਂ ਜੀ। ਥੈਂਕ ਯੂ ਵੈਰੀ ਮੱਚ, ਸੋ ਨਾਈਸ। ਸੋ ਦਰਸ਼ਕੋ, ਇਹ ਸੀ ਸਾਡਾ ਅੱਜ ਦਾ ਪ੍ਰੋਗਰਾਮ ਪੰਮੀ ਬਾਈ ਹੁਣਾਂ ਦੇ ਨਾਲ। ਉਮੀਦ ਹੈ ਤੁਹਾਨੂੰ ਪਸੰਦ ਆਇਆ ਹੋਵੇਗਾ। ਫੀਡਬੈਕ ਦੇਣ ਦੇ ਲਈ ਤੁਸੀਂ ਮੈਨੂੰ ਈਮੇਲ ਕਰੋ pgill@globalpunjabtv.com 'ਤੇ। ਮਿਲਦੇ ਹਾਂ ਜੀ ਅਗਲੇ ਪ੍ਰੋਗਰਾਮ ਦੇ ਵਿੱਚ ਕਿਸੇ ਹੋਰ ਫਨਕਾਰ ਗਾਇਕ ਦੇ ਨਾਲ। ਤਦ ਤੱਕ ਇਜਾਜ਼ਤ ਦਿਓ, ਧੰਨਵਾਦ, ਰੱਬ ਰਾਖਾ। ਖੁਸ਼ੀਆਂ ਦੇ ਵੇਲੇ ਯਾਰ ਬੇਲੀ ਨੱਚਦੇ, ਹੱਥ ਵਿੱਚ ਬੋਤਲਾਂ ਦੇ ਖੁਸ਼ੀਆਂ ਦੇ